ਮੁਸ਼ਕਿਲ ਹੈ। ਮੇਰੀ ਹੁਣ 87 ਏਜ ਹੋ ਗਈ ਹੈ ਅਤੇ ਫਿਰ ਅਜਿਹਾ ਏਜ ਫਿਰ ਫਿਰ ਤਾਂ ਮੇਰਾ ਅਕਬਰ ਅਲੀ ਮੁਸਲਮਾਨ ਸੀਗਾ ਮੇਰਾ ਯਾਰ ਇੱਕ ਸਰਦਾਰ ਸਿੰਘ ਅਤੇ ਮੁੰਡੇ ਥੋੜ੍ਹੇ ਬੜੇ ਸੀ ਗੁਰਬਚਨ ਸਿੰਘ ਦਾ ਕਈ ਸੀ ਮੁੰਡੇ ਮੇਰੇ ਨਾਲ ਪੜ੍ਹਦੇ ਸਾਡਾ ਪਿੰਡ ਦੇ ਵਿੱਚ ਸਕੂਲ ਹੁੰਦਾ ਸੀ ਮਿਡਲ ਤੱਕ ਜੀ ਅਤੇ ਸਾਡੇ ਜਿਹੜੇ ਸਕੂਲ ਦੇ ਜਿਹੜੇ ਮਾਸਟਰ ਹੁੰਦੇ ਸਾਰੇ ਮੁਸਲਮਾਨ ਅੱਛਾ ਜੀ ਇਹ ਮੁਸਲਮਾਨ ਦਾ ਪਿੰਡ ਸੀ ਜਾਓ ਮੱਥੇ ਕਿਉਂ ਮੈਂ ਅਤੇ ਸਰਦਾਰ ਸਿੰਘ ਨੂੰ ਆ ਜਾਵਾਂ ਉੱਧਰ ਅਤੇ ਮੇਰਾ ਅਕਬਰ ਅਲੀ ਰਸਤੇ ਵਿੱਚ ਜਗ੍ਹਾ ਸੀਗਾ ਪਿਆਰ ਬਹੁਤ ਸੀ ਮੈਂ ਤੁਹਾਨੂੰ ਪਿੰਡ ਦੀਆਂ ਗੱਲਾਂ ਦੱਸਾਂ ਸਾਰੇ ਪਾਕਿਸਤਾਨ 'ਚ ਪਿੰਡਾਂ ਦੇ ਵਿੱਚ ਲੋਕਾਂ ਦੇ ਜ਼ੁਲਮ ਹੋਏ ਜਾਂ ਤਸ਼ੱਦਦ ਹੋਏ ਜਾਂ ਉਹਨਾਂ ਦੇ ਕਾਰਡ ਲੁੱਟੇ ਗਏ ਲੇਕਿਨ ਮੇਰੇ ਪਿੰਡ ਦਾ ਇੱਕ ਵਾਰ ਨਹੀਂ ਲੰਘਿਆ ਹੋਇਆ ਹੈਲੋ ਜੀ ਮੈਂ ਤਲਵਾੜੇ ਆਇਆ ਜੀ ਤਲਵਾੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਕਸਬਾ ਕਹਿ ਲਓ ਜਿਹੜਾ ਸ਼ਿਵਾਲਿਕ ਦੇ ਪੈਰਾਂ 'ਚ ਹੈ ਔਰ ਇੱਕ ਬੜੀ ਖੂਬਸੂਰਤ ਜਗ੍ਹਾ ਆ ਇਹ ਸ਼ਹਿਰ ਦੇ ਵਿੱਚ ਇੱਕ ਨਾਂ ਆ ਜੀ ਸਰਦਾਰ ਗੁਰਚਰਨ ਸਿੰਘ ਜੌਹਰ ਸਾਹਿਬ ਜਿਹਨਾਂ ਨੂੰ ਜੌਹਰ ਸਾਹਿਬ ਕਰਕੇ ਜ਼ਿਆਦਾ ਲੋਕ ਜਾਣਦੇ ਆ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਮੈਂ ਕੁਛ ਸਾਲ ਪਹਿਲਾਂ ਵੀ ਮਿਲਿਆ ਸੀ ਬਹੁਤ ਛੇਤੀ ਮੈਂ ਮਹਿਸੂਸ ਕਰ ਲਿਆ ਸੀਗਾ ਕਿ ਇਹ ਤਲਵਾੜੇ ਦੀ ਧਰਤੀ 'ਤੇ ਪੈਰ ਜ਼ਰੂਰ ਰੱਖਦੇ ਆ ਪਰ ਇਹਨਾਂ ਦਾ ਜਿਹੜਾ ਦਿਲ ਆ ਦਿਲ ਕਿਤੇ ਹੋਰ ਫਸਿਆ ਪਿਆ ਉਹ ਕਿੱਥੇ ਫਸਿਆ ਪਿਆ ਉਹੀ ਗੱਲਾਂ ਅੱਜ ਕਰਨੀਆਂ ਉਸ ਗੁਆਚੀ ਧਰਤੀ ਬਾਰੇ ਉਹਨਾਂ ਦੋਸਤਾਂ ਬਾਰੇ ਜਿਹੜੇ ਸੰਤਾਲੀ ਨੇ ਇਹਨਾਂ ਤੋਂ ਵਿਛੋੜ ਦਿੱਤੇ ਉਹ ਸਾਰੀਆਂ ਗੱਲਾਂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੋ ਸਾਹਿਬ ਅੱਜ ਆਪਾਂ ਤੁਹਾਨੂੰ ਫਿਰ ਤੁਹਾਡੇ ਪਿੰਡ ਲੈ ਜਾਣਾ ਕਿਹੜਾ ਪਿੰਡ ਸੀ ਜੀ ਉਹ ਪਿੰਡ ਜੀ ਦੋ ਨਾਂ ਪੈਂਦੇ ਉਹਦੇ ਇੱਕ ਪੈਂਦਾ ਬੁਲਬੁਲ ਪੜੀ ਹਾਂਜੀ ਅਤੇ ਇੱਕ ਬੁਲਬੁਲ ਪੜੀ ਕਹਿ ਲਓ ਹਾਂ ਬਿਲਕੁਲ ਇਹ ਪੈਂਦਾ ਜੀ ਤਹਿਸੀਲ 'ਚ ਸੁਹਾਵਾ ਅਤੇ ਡਿਸਟ੍ਰਿਕਟ ਜ਼ਿਲ੍ਹੇ 'ਚ ਅੱਛਾ ਜ਼ਿਲ੍ਹੇ ਦੇ ਹਾਂ ਤੁਸੀਂ ਅਤੇ ਹੁਣ ਅੱਜ ਕੱਲ੍ਹ ਉਹ ਡਿਸਟ੍ਰਿਕਟ ਬਣ ਗਿਆ ਜੀ ਚਕਵਾਲ ਚਕਵਾਲ ਠੀਕ ਹੈ ਸਾਡਾ ਪਿੰਡ ਪੈਂਦਾ ਜੀ ਜ਼ਿਲ੍ਹੇ ਤੋਂ ਚਕਵਾਲ ਜਾਂਦੀ ਬੱਸ ਜਾਂਦੀ ਹੈ ਰਸਤੇ ਵਿੱਚ ਆਉਂਦਾ ਅੱਜ ਕੱਲ੍ਹ ਤਾਂ ਉਹਦੇ ਵਿੱਚ ਜੋ ਪਤਾ ਮੈਨੂੰ ਲੱਗਾ ਮੈਂ ਕਹਿੰਦਾ ਦਿਲ ਕਹਿੰਦਾ ਮੈਂ ਜਾਵਾਂ ਹੋਵਾਂ ਪਿੰਡ ਵੇਖਾਵਾਂ ਪੁਰਾਣਾ ਕੋਈ ਸ਼ਾਇਦ ਕੋਈ ਮਿਲ ਜਾ ਮੈਨੂੰ ਪਰ ਮੁਸ਼ਕਿਲ ਹੈ ਕਿਉਂ ਮੇਰੀ ਹੁਣ 87 ਏਜ ਹੋ ਗਈ ਹੈ ਅਤੇ ਫਿਰ ਅਜਿਹਾ ਏਜ ਫਿਰ ਪਿੰਡ ਤਾਂ ਮੇਰਾ ਅਕਬਰ ਅਲੀ ਮੁਸਲਮਾਨ ਸੀਗਾ ਮੇਰਾ ਯਾਰ ਇੱਕ ਸਰਦਾਰ ਸਿੰਘ ਅਤੇ ਮੁੰਡੇ ਥੋੜ੍ਹੇ ਬੜੇ ਸੀ ਗੁਰਬਚਨ ਸਿੰਘ ਦਾ ਕਈ ਸੀ ਮੁੰਡੇ ਮੇਰੇ ਨਾਲ ਪੜ੍ਹਦੇ ਸਾਡਾ ਪਿੰਡ ਦੇ ਵਿੱਚ ਸਕੂਲ ਹੁੰਦਾ ਸੀ ਮਿਡਲ ਤੱਕ ਜੀ ਅਤੇ ਸਾਡੇ ਜਿਹੜੇ ਸਕੂਲ ਦੇ ਜਿਹੜੇ ਮਾਸਟਰ ਹੁੰਦੇ ਸਾਰੇ ਮੁਸਲਮਾਨ ਅੱਛਾ ਜੀ ਇਹ ਮੁਸਲਮਾਨ ਦਾ ਪਿੰਡ ਸੀ ਸਰਦਾਰ ਕੱਢ ਕੋ ਕਰ ਕੱਢ ਸੀ ਇਹ ਗੁਰਦੁਆਰਾ ਸੀਗਾ ਪਰ ਜਿੱਥੇ ਸਾਡੇ ਫਾਦਰ ਸਾਹਿਬ ਵੀ ਪ੍ਰਧਾਨ ਰਹੇ ਅਤੇ ਉੱਥੇ ਦੇਰੀ ਹੈ ਜੀ ਬਹੁਤ ਮੰਨਣ ਦੇ ਯੋਗ ਹੈ ਅਤੇ ਬਸ ਅਸੀਂ ਉੱਥੇ ਜਾਣਾ ਤਲਾਅ 'ਤੇ ਨਹਾਉਣਾ ਸਰਦੀਆਂ ਦੇ ਵਿੱਚ ਤਲਾਅ ਦੇ ਵਿੱਚ ਜਿਹੜਾ ਜੰਮ ਜਾਂਦੀ ਕੱਕੜ ਜੰਮ ਜਾਂਦਾ ਅਸੀਂ ਉਹਨੂੰ ਕੱਕੜ ਤੋੜਨਾ ਅੱਛਾ ਅਤੇ ਅਸੀਂ ਵਿੱਚ ਨਹਾਉਣਾ ਨਹਾ ਕੇ ਅਸੀਂ ਘਰ ਆ ਜਾਣਾ ਮਾਤਾ ਨੇ ਸਾਨੂੰ ਨਾ ਬਸ ਉਹ ਕੰਘੀ ਕਰਨੀ ਅਤੇ ਕੱਪੜੇ ਪਾਏ ਫਿਰ ਕਹਿੰਦੇ ਜਾਓ ਗੁਰਦੁਆਰੇ ਮੱਥੇ ਟੇਕੋ ਮੈਂ ਅਤੇ ਸਰਦਾਰ ਸਿੰਘ ਨੂੰ ਆ ਜਾਣਾ ਉੱਧਰ ਅਤੇ ਮੇਰਾ ਅਕਬਰ ਅਲੀ ਰਸਤੇ ਵਿੱਚ ਜਗ੍ਹਾ ਸੀਗਾ ਪਿਆਰ ਬਹੁਤ ਸੀ ਮੈਂ ਤੁਹਾਨੂੰ ਪਿੰਡ ਦੀਆਂ ਗੱਲਾਂ ਦੱਸਾਂ ਸਾਰੇ ਪਾਕਿਸਤਾਨ 'ਚ ਪਿੰਡਾਂ ਦੇ ਵਿੱਚ ਲੋਕਾਂ ਦੇ ਜ਼ੁਲਮ ਹੋਏ ਜਾਂ ਤਸ਼ੱਦਦ ਹੋਏ ਜਾਂ ਉਹਨਾਂ ਦੇ ਕਾਰਡ ਲੁੱਟੇ ਗਏ ਲੇਕਿਨ ਮੇਰੇ ਪਿੰਡ ਦਾ ਇੱਕ ਵਾਰ ਨਹੀਂ ਲੰਘਿਆ ਹੋਇਆ ਵਾਹ ਜੀ ਵਾਹ ਤੁਸੀਂ ਸਾਹਿਬ ਲਓ ਮੈਂ ਕਿਵੇਂ ਕਹਿ ਸਕਦਾ ਮੁਸਲਮਾਨ ਮਾੜੇ ਮੁਸਲਮਾਨ ਇੰਨੇ ਚੰਗੇ ਮੇਰੇ ਫਾਦਰ ਸਾਹਿਬ ਨੂੰ ਚਾਚਾ ਜੀ ਕਹਿੰਦੇ ਸਰ ਇੱਕ ਵੀ ਜਿਹੜੇ ਫਾਦਰ ਸਾਹਿਬ ਉੱਥੋਂ ਪਾਕਿਸਤਾਨ 47 ਦੇ ਵਿੱਚ ਫਾਦਰ ਸਾਹਿਬ ਮੇਰੇ ਪਿੰਡ ਗਏ ਚੀਜ਼ਾਂ ਜੋ ਸੰਭਾਲਣ ਬਾਈ ਅਸੀਂ ਚਲਾ ਜਾਂਦੇ ਹਿੰਦੁਸਤਾਨ 'ਚ ਮੁੜ ਕੇ ਆ ਜਾਵਾਂਗੇ ਜਾਂਦੇ ਜਦੋਂ ਮਰ ਜਾਂਦੇ ਅਤੇ ਉਹ ਇੱਕ ਮੁਸਲਮਾਨ ਮਿਲ ਗਿਆ ਸਾਰੇ ਪਾਪਾ ਜੀ ਉਹ ਕਹਿੰਦੇ ਚਾਚੇ ਜੀ ਕੀ ਹਾਲ ਆ ਕਹਿੰਦੇ ਬਹੁਤ ਚੰਗਾ ਕਹਿੰਦਾ ਮੈਨੂੰ ਨਾ ਇਹ ਚੱਲਿਆ ਸੀ ਕਹਿੰਦਾ ਤੰਤਰਲੀ ਤਾਂ ਨਹੀਂ ਕਹਿੰਦੇ ਨਹੀਂ ਕਹਿੰਦਾ ਮੈਂ ਚਲਿਆ ਸੀ ਕਿਸੇ ਪਿੰਡ ਅਤੇ ਰਸੇ ਨੂੰ ਮੈਨੂੰ ਕੋਈ ਮੁਸਲਮਾਨ ਮਿਲ ਜਿੰਨਾ ਡਾਂਗਾ ਸੋੜਾ ਚੁੱਕੀਆਂ ਉੱਥੇ ਹਾਂਜੀ ਅਤੇ ਉਹਨਾਂ ਨੇ ਪੁੱਛਿਆ ਬਾਈ ਤੁਸੀਂ ਕਿੱਧਰ ਚੱਲੇ ਹੋ ਬਾਈ ਉਹ ਕਹਿੰਦੀ ਅਸੀਂ ਨਾ ਫਲਾਣੇ ਪਿੰਡ ਚਲੇ ਗੁੜਾ ਉੱਤਮ ਸਿੰਘ ਕਹਿੰਦਾ ਉੱਥੇ ਕੀ ਹੈ ਕਹਿੰਦਾ ਸਰਦਾਰ ਬੜੇ ਤਗੜੇ ਤਗੜੇ
ਮਾਲਕ ਸਿੰਘ ਰਹਿੰਦਾ ਉੱਥੇ, ਉਹ ਮੇਰੇ ਭੂਆ ਦਾ ਪੁੱਤਰ ਸੀ। ਅੱਛਾ। ਤੇ ਕਹਿਣਗੇ ਕਹਿੰਦਾ ਤੈਨੂੰ ਪਤਾ ਨਹੀਂ ਮਾਲਕ ਸਿੰਘ ਕੌਣ ਹੈ? ਕਹਿੰਦਾ ਨਹੀਂ ਯਾਰ ਮੈਨੂੰ ਕੀ ਪਤਾ, ਅਸੀਂ ਤਾਂ ਕਹਿੰਦੇ ਚੱਲਣਾ ਸੀ ਰੋਟਲ ਚੱਲਿਆ ਉੱਥੇ ਉਹਨਾਂ ਪਿੰਡ। ਉਹ ਕਹਿੰਦਾ ਕੰਮ ਕਰ ਸਰਬੋਤ ਸਿੰਘ ਜਾਣਾ, ਕਹਿੰਦਾ ਮੇਰੇ ਚਾਚਾ। ਓਹੋ ਹਾਂਜੀ। ਕਹਿੰਦੇ ਉਹ ਫਿਰ ਜਿਸ ਦਿਨ ਤੁਸੀਂ ਘਰ ਲੁੱਟਣ ਚਲੇ ਹੋ, ਉਹਦਾ ਭੈਣ ਦਾ ਘਰ ਹੈ, ਸਮਝੋ ਤੇਰਾ ਭੂਆ। ਕਹਿੰਦਾ ਸ਼ੁਕਰ ਤੂੰ ਮੈਨੂੰ ਪਹੁੰਚਾ ਦਿੱਤਾ, ਅਸੀਂ ਮੈਂ ਬੜਾ ਜ਼ੁਲਮ ਹੋਣਾ ਸੀ, ਮੈਂ ਖੁਦਾ ਜਾ ਕੇ ਕੀ ਮੂੰਹ ਦਿਖਾਊਗਾ। ਉੱਥੋਂ ਉਹਨਾਂ ਨੂੰ ਕਹਿੰਦੇ ਜੀ ਉਹ ਫਿਰ ਉੱਥੋਂ ਵਾਪਸ ਚਲੇ ਗਏ। ਉਹ ਕਹਿੰਦੇ ਮੇਰੇ ਤੁਹਾਨੂੰ ਚਾਚੇ ਜੀ ਮੇਰੇ ਤੇ ਮੇਰੇ ਮਾਫ਼ੀ ਮੰਗਣੀ। ਸਾਹਿਬ ਬੁਲਾ ਉਹ ਚਲੇ ਗਏ ਵਾਪਸ। ਸਾਡੇ ਭੂਆ ਜੇ ਭੂਆ ਪੁੱਤਰ ਭੂਆ ਜੀ ਸਾਡੇ ਬਿਲਕੁਲ ਸੇਫ ਐਂਡ ਸਾਊਂਡ ਆਏ ਜੀ ਹਿੰਦੁਸਤਾਨ 'ਚ। ਵਾਹ ਸਾਹਿਬ ਲਓ। ਅਤੇ ਬਸ ਮੈਂ ਤਾਂ ਉੱਥੇ ਪੜ੍ਹਿਆ ਚੌਥੀ ਤੱਕ ਸਕੂਲ 'ਚ, ਬਹੁਤ ਅੱਛਾ ਸਕੂਲ, ਮੁਸਲਮਾਨ ਸੀ, ਸਧਾਰਨ ਘੱਟ ਬੜੇ ਘੱਟ ਥੋੜ੍ਹੇ ਸਨ, ਉਹ ਮੇਰੇ ਨਾਲ ਉਹ ਨਹੀਂ ਮੁੰਡੇ ਸੀ, ਲੇਕਿਨ ਚੀਜ਼ ਮੈਂ ਇੰਨੀ ਰਿਸਪੈਕਟ ਕਰਦੇ ਸਨ ਸਧਾਰਨ। ਅਤੇ ਇੱਕ ਵਾਰੀ ਮੈਂ ਉੱਥੇ ਮਿਨੀਟਰ ਸੀਗਾ, ਉਹ ਕਹਿੰਦਾ ਚੰਨ ਉੱਠ, ਮੇਰੇ ਛੋਟਾ ਚੰਨ ਹੈ, ਕਹਿੰਦੇ ਚੰਨ ਐ ਚੁੱਕ ਕੁਰਸੀ ਅਤੇ ਉੱਥੇ ਪੜ੍ਹੇ ਰੱਖ ਲਏ। ਮੈਂ ਕਿਹਾ ਮੈਂ ਨਹੀਂ ਚੱਲਣੀ, ਕਿਉਂਕਿ ਉਸ ਸਮੇਂ ਨਾ ਕੁਰਸੀਆਂ ਦੇ ਜਿਹੜੀਆਂ ਉਹਦੇ ਕਿੰਨਿੰਗ ਹੋਈ ਹੁੰਦੀ ਆ ਨਾ, ਉਹ ਕਹਿੰਦੇ ਟੁੱਟ ਜਾ, ਫਿਰ ਉਹਨੇ ਚਮੜੇ ਨਹੀਂ ਉੱਪਰ ਪਾ ਦੇਣੇ। ਮੈਂ ਕਿਹਾ ਚਮੜੇ ਇਹ ਮੈਂ ਨਹੀਂ ਚੁੱਕਣੇ। ਉਹਨੇ ਜ਼ਬਰਦਸਤ ਮੈਂ ਚੁਕਾ ਦਿੱਤੀ। ਮੈਂ ਜਾ ਕੇ ਘਰ ਜਾ ਪਾਪਾ ਜੀ ਕਿਹਾ, ਅਤੇ ਉਹ ਆ ਗਏ ਸਵੇਰੇ। ਹੁਣ ਕਹਿਣ ਲੱਗੇ ਕਹਿੰਦੇ ਚਾਚੀ ਤੁਸੀਂ ਕਿਵੇਂ? ਕਹਿੰਦੇ ਯਾਰ ਐ ਕੀਤਾ ਕੰਮ ਤੇਰੇ ਮੁੰਡੇ ਸਕੂਲ ਦੇ ਮੁੰਡੇ। ਉਹਨੇ ਉਹਨੂੰ ਮੁਰਗਾ ਬਣਾਇਆ, ਮੁਰਗੇ ਮਤਲਬ ਨਹੀਂ, ਕਿਸੇ ਨੇ ਕਿਹਾ ਮੈਨੂੰ ਬਈ ਆ ਕੁਰਸੀ ਚੱਕ ਜਾਂ ਨਾ ਚੱਕ। ਉਸ ਤੋਂ ਬਾਅਦ ਜਿਹੜੇ ਮੈਂ ਜਿਹੜੇ ਪਾਕਿਸਤਾਨ ਬਣਿਆ, ਉਸ ਤੋਂ ਬਾਅਦ 47-46 'ਚ ਅਸੀਂ ਰਾਜਵਿੰਦਰ ਫਾਦਰ ਸਾਹਿਬ ਦੁਕਾਨ ਕਰਦੇ ਸੀ, ਹਲਵਾਈ ਦੁਕਾਨ ਕਰਦੇ ਸੀ, ਉੱਥੇ ਚਲੇ ਗਏ ਅਸੀਂ। ਕਹਿੰਦੇ ਬਾਈ ਹੁਣ ਇੱਥੇ 8ਵੀਂ ਦਾ ਕਲਾਸ ਸਕੂਲ, ਫਿਰ ਅੰਗਰੇਜ਼ੀ ਤੁਸੀਂ ਪੜ੍ਹਨੀ ਹੈ, ਇਹ ਸਾਰੀ ਉਰਦੂ ਹੀ ਆਉਣੀ ਹੈ ਤੋੜ ਤੱਕ। ਅਤੇ ਫਿਰ 47 'ਚ ਇਹ ਸਾਰਾ ਸਕੂਲ ਜਿਹੜਾ ਇੰਗਲਿਸ਼ ਹੋ ਗਿਆ। ਅਤੇ ਅਸੀਂ ਚਲੇ ਗਏ ਰਾਜਵਿੰਦੀ, ਅਤੇ ਰਾਜਵਿੰਦੀ ਅਸੀਂ ਰਹੇ ਫਿਰ ਹੈ ਜੀ। ਅਤੇ 47 'ਚ ਅਸੀਂ ਆ ਗਏ ਫਿਰ ਪਟਿਆਲੇ ਜੀ। ਇਹ ਠੀਕ ਹੈ ਜੀ। ਅਤੇ ਥੋੜ੍ਹਾ ਜਿਹਾ ਨਾ ਆਪਾਂ ਤੁਹਾਡਾ ਜਿਹੜਾ ਪਿੰਡ ਸੀਗਾ, ਹਾਂਜੀ, ਉਹ ਪਿੰਡ 'ਚ ਤੁਸੀਂ ਦੱਸਿਆ ਵੀ ਸਿੱਖਾਂ ਦੇ ਘਰ ਬੜੇ ਘੱਟ ਸੀ। ਬਹੁਤ ਘੱਟ, ਲੇਕਿਨ ਇਹ ਪਿਆਰ ਬੜਾ ਮੁਸਲਮਾਨ ਸਿੱਖਾਂ ਦਾ ਜੀ। ਜੇ ਸਿੱਖਾਂ ਨੇ ਵਿਆਹ ਹੋਣਾ, ਮੁਸਲਮਾਨ ਸਾਰੇ ਮੁਸਲਮਾਨ ਆ ਕੇ ਉੱਥੇ ਰੋਟੀ ਖਾਣੀ। ਜੇ ਮੁਸਲਮਾਨ ਕੀ ਰਿਸ਼ਤੇਦਾਰ ਮੁੰਡੇ ਕੁੜੀ ਦਾ ਵਿਆਹ ਹੋਣਾ, ਤੇ ਉਹਨਾਂ ਸਪੈਸ਼ਲ ਸਾਡੀ ਸਰਦਾਰਾਂ ਨੇ ਬੱਕਰੀ ਰੋਟੀ ਖਾਣੀ। ਅੱਛਾ। ਸਾਹਿਬ ਲਓ। ਅਤੇ ਹੁਣ ਮੈਂ ਨਾ ਜੀ ਅੱਗੇ ਹੁਣ ਤਾਂ ਲੈਟਰਿਨ ਬਣ ਗਏ ਕਾਲੇ ਕਾਲ, ਉਹਦੇ ਸਾਰਾ ਅਸੀਂ ਬਾਹਰ ਜਾਂਦੇ ਸੀ ਜ਼ਮੀਨਾਂ 'ਚ, ਸਾਰੇ ਕੋਈ ਚਲੀ ਜਾਣੀ, ਲੇਡੀਆਂ ਦਾ ਵੱਖਰਾ ਸੀ ਜ਼ਮੀਨ, ਅਤੇ ਜੈਂਟਸ ਦੀ ਵੱਖਰੀ ਸੀ ਜ਼ਮੀਨ ਜਿਹੜਾ, ਅਤੇ ਉੱਥੇ ਚਲੇ ਜਾਣ। ਲੇਕਿਨ ਜ਼ਰੂਰਤ ਨਹੀਂ ਕਿਸੇ ਦੀ, ਬਾਈ ਕਿਸੇ ਸਿੱਖ ਦੀ ਧੀ ਪੈਣ, ਕਿਸੇ ਮੁਸਲਮਾਨ ਦੀ ਧੀ ਪੈਣ ਨੂੰ ਕਿ ਉਂਗਲ ਕਰ ਲਿਆ। ਸਾਡੇ ਪਿੰਡ ਦੇ ਯਾਰ ਸਾਰਾ ਸਤਿਕਾਰ ਯੋਗ ਸਵਰਗੀਏ ਆਈ ਕੇ ਗੁਜਰਾਲ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਮੇਰੇ ਪਿੰਡ ਦਾ ਜੀ। ਅੱਛਾ। ਸਾਡੇ ਮਨਮੋਹਨ ਸਾਡੇ ਪਿੰਡ ਦੇ ਨਾਲ ਹੀ ਪਿੰਡ ਹੈ, ਜਿੱਥੇ ਮਨਮੋਹਨ ਸਾਡੇ ਉਸੇ ਡਿਸਟ੍ਰਿਕਟ ਦਾ, ਜ਼ਿਲ੍ਹਮ ਡਿਸਟ੍ਰਿਕਟ ਦਾ ਯੋਗ। ਹਾਂ, ਉਹ ਵੀ ਜ਼ਿਲ੍ਹਮ ਦੇ ਨਾਲ ਨਹੀਂ, ਬੜੇ ਵੱਡੇ ਬੰਦੇ ਪੈਦਾ ਕੀਤੇ। ਸੁਨੀਲ ਦੱਤ ਹੋਣੀ ਵੀ ਜ਼ਿਲ੍ਹਮ ਦੇ ਆ, ਜਿਹੜੇ ਐਕਟਰ ਰਹੇ ਆ। ਹਾਂ, ਸੁਨੀਲ ਦੱਤ ਜੀ ਜ਼ਿਲ੍ਹਮ ਦਾ। ਹਾਂ ਜੀ। ਉਹ ਨਹੀਂ, ਜ਼ਿਲ੍ਹਮ ਨੇ ਬਹੁਤ ਵਧੀਆ ਬੰਦੇ ਪੈਦਾ ਕੀਤੇ। ਤੁਸੀਂ ਨਾ ਥੋੜ੍ਹਾ ਜਿਹਾ ਆਈ ਕੇ ਗੁਜਰਾਲ ਹੋਣਾ ਦੀ ਫੈਮਿਲੀ ਬਾਰੇ ਦੱਸੋ। ਮੈਂ ਉਹਦੇ ਛੋਟੀ ਉਮਰ ਸੀ, ਇਨਫੈਕਟ ਮੈਂ ਦੱਸਾਂ, ਕਿਉਂਕਿ ਉਹ ਵੀ ਐਜੂਕੇਸ਼ਨ ਜਿਹੜੀ ਹੈ, ਫਾਦਰ ਉਹਨਾਂ ਨਾਲ ਫੀਸ ਸੀ ਜ਼ਿਲ੍ਹਮ, ਅਤੇ ਉਹ ਫਿਰ ਜ਼ਿਲ੍ਹਮ ਜਾ ਕੇ ਸੈਟਲ ਹੋ ਗਏ, ਅਤੇ ਉਹ ਆਈ ਕੇ ਗੁਜਰਾਲ ਵੀ ਚਲਾ ਗਿਆ, ਕਿਉਂਕਿ ਐਜੂਕੇਸ਼ਨ ਉੱਥੇ ਜ਼ਿਲ੍ਹਮ ਲਈ ਸਾਰੀ ਜਨਮ ਤਾਂ ਮੈਂ ਸਾਡੇ ਪਿੰਡ ਦਾ ਹੈ, ਕੋਈ ਉੱਥੇ ਪਿੰਡ ਦੇ ਸਾਰੇ ਬਿਲਕੁਲ ਥੋੜ੍ਹੀ ਦੌੜ ਇੱਕ ਫੈਲਾਂ ਹੀ ਹੋਣਾ, ਜਿਹਦਾ ਸਾਹਮਣੇ ਨਜ਼ਰ ਆਉਂਦਾ। ਮੈਂ ਉਹਦੇ ਵੇਖੀ, ਉੱਥੇ ਮੈਂ ਇੱਕ ਵੀਡੀਓ ਵੇਖੀ ਜਿਹਦੇ 'ਚ ਆਈ ਕੇ ਗੁਜਰਾਲ ਦਾ ਲਿਖਿਆ, ਉੱਥੇ ਆਊ ਸਾਹਿਬ ਰਿਸਪੈਕਟਡ ਪ੍ਰਾਈਮ ਮਿਨਿਸਟਰ ਆਫ ਇੰਡੀਆ ਆਈ ਕੇ ਗੁਜਰਾਲ। ਅੱਛਾ, ਉੱਥੇ ਹੈ ਘਰ ਇਹਨਾਂ ਦਾ ਹੈ ਹਾਲ? ਬਿਲਕੁਲ ਜੀ, ਬਿਲਕੁਲ ਕੱਚਾ ਘਰ, ਉਸ ਜਨਰੇ ਲੱਗੇ ਪੁਰਾਣੇ। ਅਤੇ ਤੁਹਾਡਾ ਘਰ ਕਿੱਥੇ ਸੀਗਾ ਜੀ? ਬਜ਼ਾਰ ਦੇ ਵਿੱਚ ਸੀ ਮੇਰਾ ਘਰ, ਤਕਰੀਬਨ ਉਸ ਬਜ਼ਾਰ ਦੇ ਵਿੱਚ ਆ। ਅਤੇ ਉਸ ਦਿਨ ਮੈਂ ਵੇਖਿਆ ਬਾਈ ਉਸ ਟਾਟ ਜਿਹੜਾ ਨਾ, ਬਾਲਸ਼ਾਨ ਬੱਚਿਆਂ ਜਾਂ ਤਰੁਣ ਬੱਚਿਆਂ ਨੂੰ ਟਾਟ ਲਾਉਂਦੇ ਸਭ ਹੈ ਜੀ ਬੋਰੀਆਂ ਦੇ, ਉਹ ਇੱਜਤ ਲੱਗਿਆ। ਮੁੰਡਾ ਕਹਿੰਦਾ ਦਾਲ ਜੀ ਤੁਸੀਂ ਵੇਖੋ ਇਹ ਵਾਕਈ ਤੁਹਾਡਾ ਪਿੰਡ ਹੈ। ਮੈਂ ਕਿਹਾ ਪੁੱਤਰ ਟਾਟ ਜਿਹੜਾ ਨਾ, ਇਹ ਮੇਰੇ ਵੇਲੇ ਦਾ, ਇੱਕ ਕਿਸਮ ਦਾ ਮੇਰੇ ਵੇਲੇ ਇਸ ਤਰ੍ਹਾਂ ਹੀ ਆਉਂਦਾ ਸੀ। ਇਹ ਵੇਖ ਗਲੀ ਜਿਹੜੀ ਹੈ ਨਾ, ਇਹ ਸਾਰੀ ਮਸਜਿਦ ਜਾਂਦੀ ਸੀ, ਉੱਥੇ ਮਸਜਿਦ ਨਾਲ ਹੀ ਸਾਡਾ ਉੱਥੋਂ ਸਕੂਲ ਜਾਣਾ। ਕਹਿੰਦਾ ਮੇਰਾ ਖਿਆਲ ਹੈ ਹੁਣ ਉੱਥੇ ਜਿਹੜਾ ਮੁਸਲਮਾਨ ਇਹਨਾਂ ਦਾ
ਮੇਰੇ ਬਾਹਰ ਦੀ ਡਿਊਟੀ ਜਿਹੜੀ ਕਹਿੰਦਾ ਜੀ ਸਾਡੀ ਕਿਉਂ ਬਾਜ਼ਾਰ 'ਚ ਕਰ ਉਹ ਡੇਢੀ 'ਚ ਉਸ ਮੁਸਲਮਾਨ ਨੇ ਦੁਕਾਨ ਬਣਾਈ ਹੈ ਇਹ ਬਾਹਰ ਦੁਕਾਨ ਦੇ ਬਾਹਰ ਬੈਠਾ ਮੰਜੀ ਡਾਕ ਮੰਜੀ ਦਾ ਪੱਚੀ ਹਜ਼ਾਰ ਰੱਖਦਾ ਤੁਹਾਨੂੰ ਕਿਹਨੇ ਦੱਸਿਆ ਜੀ ਉਹ ਵੀਡੀਓ ਵੇਖੀ ਉਹ ਵੀਡੀਓ ਵੇਖੀ ਉਹ ਕੁਦਰ ਮੇਰੇ ਮੁੰਡੇ ਮੈਂ ਮੁੰਡੇ ਪੋਤੇ ਨੂੰ ਕਿਹਾ ਮੈਂ ਪੁੱਤਰ ਮੇਰੇ ਪਿੰਡ ਦਾ ਕਰ ਕਹਿੰਦਾ ਪਾਕਿਸਤਾਨ ਤੁਹਾਡੇ ਪਿੰਡ ਉਹਨੇ ਕਹਿਣਾ ਉਹਦੇ ਨੂੰ ਕਹਿੰਦੀ ਕਹਿੰਦਾ ਦਾਦੀ ਵੇਖੋ ਇਹ ਪਿੰਡ ਤੁਹਾਡੇ ਹੀ ਆ ਮੈਂ ਪੁੱਤਰ ਪਿੰਡ ਮੇਰੇ ਹੀ ਆ ਹੁਣ ਮੈਂ ਦਸ ਮਿੰਟ ਦਾ ਦੱਸੀ ਜਾਣਾ ਤੂੰ ਦੇਖੀ ਜਾਣ ਇਹ ਰਸਤਾ ਜਿਹੜਾ ਬਾਜ਼ਾਰ ਹੈ ਇਹ ਮੇਰਾ ਬਾਜ਼ਾਰ ਹੈ ਅਤੇ ਅੱਗੇ ਜਾ ਕੇ ਨਾ ਅੱਗੇ ਜਾ ਕੇ ਸੱਜੀ ਹੱਥ ਸੜਕ ਮੁੜਦੀ ਹੈ ਜਿਹੜੀ ਨਾਲ ਹੈ ਮਸਜਿਦ ਹੈ ਹਾਂਜੀ ਅਤੇ ਇਹ ਅੱਗੇ ਜਾ ਜਾ ਹੁਣ ਇਹ ਲਾ ਸੜਕ ਚੱਕੇ ਜਾ ਕੇ ਮੈਂ ਕਿਹਾ ਵੇਖ ਆਈ ਕੇ ਵੀ ਆਉਣ ਦਾ ਪੈਸਾ ਲਿਖੇ ਆਈ ਕੇ ਗਿਆ ਮੈਂ ਕਿਹਾ ਮੇਰੇ ਪਿੰਡ ਦਾ ਇੰਨਾ ਹੀ ਫਰਕ ਹੈ ਹਾਂਜੀ ਅਤੇ ਬਸ ਉਸ ਮੈਂ ਕਿਹਾ ਇੱਥੋਂ ਹੀ ਇਹ ਰਸਤਾ ਜਾਂਦਾ ਇਹ ਅਗੂ ਖੱਬੇ ਹੱਥ ਮੁੜਦਾ ਇਹ ਜਦ ਗੁਜ਼ਾਰੇ ਚਲੇ ਜਾ ਹੁਣ ਗੁਜ਼ਾਰਾ ਹੈ ਨਹੀਂ ਉੱਥੇ ਉੱਥੇ ਗੁਜ਼ਾਰੇ ਜਗ੍ਹਾ 'ਤੇ ਮੈਂ ਇੱਕ ਕਮਰਸ ਕਾਲਜ ਬਣਿਆ ਅੱਛਾ ਉੱਥੇ ਹੁਣ ਅੱਜ ਕੱਲ੍ਹ ਦੇ ਸਿਮਰ ਦੀਆਂ ਫੈਕਟਰੀਆਂ ਜੀ ਹਾਂ ਬੀਜੇ ਬੂਜੀ ਹਰ ਚੀਜ਼ ਅਵੇਲੇਬਲ ਹੈ ਉੱਥੇ ਹੁਣ ਅੱਜ ਕੱਲ੍ਹ ਅਸੀਂ ਤਾਂ ਆਪਾਂ ਚੰਦ ਦੇ ਰੋਸ਼ਨੀ 'ਚ ਉੱਥੇ ਬਣੇ ਵੇਖੋ ਮੈਂ ਆਪ ਅੱਜ ਕੱਲ੍ਹ ਲਿਖਣਾ ਅਸੀਂ ਅੱਜ ਕੋਠੇ ਚਲੇ ਜਾਣ ਤੁਸੀਂ ਕਿਤਾਬ ਪੜ੍ਹ ਲਓ ਬਿਆ ਚੰਦਰਮਾ ਦੀ ਰੋਸ਼ਨੀ ਨਾਲ ਤੁਸੀਂ ਕਿਤਾਬ ਨਹੀਂ ਪੜ੍ਹ ਸਕਦੇ ਹੁਣ ਨਹੀਂ ਪੜ੍ਹ ਹੁੰਦੀ ਨਹੀਂ ਪੜ੍ਹਨੇ ਲੇਕਿਨ ਮੈਂ ਅਸੀਂ ਇਹ ਰਾਤ ਨੂੰ ਅਸੀਂ ਆਪਣੇ ਕੋਠੇ ਚਲੇ ਜਾਣਾ ਅਤੇ ਆਪਣੇ ਬਹਿਣਾ ਅਤੇ ਨਾਲੇ ਆਪਾਂ ਮਾਤਾ ਜੀ ਹੋਣੇ ਸਭ ਮੇਰੇ ਵੀਰ ਵੀ ਹੋਣੇ ਉਹਨਾਂ ਸਾਰੇ ਆਪਾਂ ਗੱਪਾਂ ਗੁੱਪਾਂ ਮਾਰੀਆਂ ਅਤੇ ਮੈਂ ਕਿਹਾ ਤੁਸੀਂ ਯਾਰ ਨੂੰ ਚੁੱਪ ਕਰਕੇ ਮੈਂ ਜਦ ਪੜ੍ਹ ਲਵਾਂ ਚਾਂਦੀ ਰੋਸ਼ਨੀ ਚਾਂਦੀ ਰੋਸ਼ਨੀ ਤੁਸੀਂ ਸਾਬ ਲਓ ਨਹੀਂ ਉਹ ਚੰਨ ਹੋਰ ਹੁੰਦਾ ਸੀ ਕਿ ਇਹ ਸੀ ਚਾਹੁੰਦੇ ਹੋ ਸੀ ਤੁਸੀਂ ਜਾਂ ਆਈ ਸਾਈਡ ਚੰਗੀਆਂ ਸਨ ਅਤੇ ਆਈ ਸਾਈਡ ਵੀ ਚੰਗੀਆਂ ਸੀ ਇੱਕ ਚੰਨ ਵੀ ਉਹ ਤੁਹਾਡੇ ਪਿੰਡ ਦਾ ਸੀਗਾ ਤੁਸੀਂ ਵੀ ਚੰਨ ਵੇਖ ਸਾਹਿਬ ਲਓ ਬਾਈ ਮੈਂ ਕਈ ਦਾ ਵੇਖੀ ਹੈ ਅੱਜ ਕੱਲ੍ਹ ਟਿਊਬਲਾਈਟ ਆਦਮੀ ਨਹੀਂ ਰੋਸ਼ਨੀ ਆਉਂਦੀ ਲੇਕਿਨ ਚੰਦਰਮਾ ਨਹੀਂ ਰੋਸ਼ਨੀ ਆਉਂਦੀ ਕਿ ਅਸੀਂ ਪੜ੍ਹ ਲੈਂਦੇ ਐਵੇਂ ਦੀਵੇ ਜਗਾ ਕੇ ਨਾ ਤੇਲ ਅਤੇ ਉੱਥੇ ਪੜ੍ਹਨਾ ਪੜ੍ਹਨਾ ਪਾਉਣੇ ਕਮਾਲ ਉੱਥੇ ਪੜ੍ਹਨਾ ਅੱਛਾ ਸਕੂਲ ਦਾ ਮਾਹੌਲ ਦੱਸਿਓ ਕਿਸ ਬਹੁਤ ਵਧੀਆ ਜੀ ਟੀਚਰਾਂ ਦੇ ਨਾਮ ਦੱਸ ਦਿਓ ਇੱਕ ਹੁਸੈਨ ਹੁੰਦਾ ਸੀ ਜੀ ਮੇਰੇ ਮੈਥ ਦਾ ਮਾਸਟਰ ਇੱਕ ਹੁੰਦੇ ਸੀ ਨਾ ਚੇਤਨ ਨਹੀਂ ਆਉਣ ਡਿਆ ਬਹੁਤ ਅੱਛੇ ਮਾਸਟਰ ਸੀ ਉਹ ਸਾਰੇ ਪੜ੍ਹਾਉਂਦੇ ਸੀ ਹਿਸਟਰੀ ਹੋ ਗਿਆ ਇੰਗਲਿਸ਼ ਹੋ ਗਈ ਹੁਸੈਨ ਇੱਕ ਹੁਸੈਨ ਮਾਸਟਰ ਸੀ ਆਪਾਂ ਇੱਕ ਉਹ ਸੀ ਮਾਸਟਰ ਮੁਸਲਮਾਨ ਅਤੇ ਦੋ ਤਿੰਨ ਹੀ ਮਾਸਟਰ ਹੁੰਦੇ ਸਨ ਅਸੀਂ ਪਿੰਡ ਇੱਡੇ ਕੋਲ ਛੁੱਟੀਆਂ ਹੋਣੀਆਂ ਨਾ ਅਤੇ ਮਾਸਟਰ ਮੈਨੂੰ ਹੁਸੈਨ ਨੇ ਕਹਿਣਾ ਬਈ ਸਾਰੇ ਮੁੰਡਿਆਂ ਨੇ ਮੇਰੇ ਪਿੰਡ ਆ ਜਾਓ ਬੱਸੇ ਲੈ ਆਓ ਅਤੇ ਉੱਥੇ ਬਹਿ ਕੇ ਪੜ੍ਹਨਾ ਤੁਹਾਡੀ ਫੱਟੀਆਂ ਉੱਥੇ ਪੁੱਜੀਆਂ ਜਾਣੇ ਪਾਣੀ ਆ ਗਿਆ ਅੱਛਾ ਅਸੀਂ ਜਾ ਕੇ ਕੋਈ ਟਿਊਸ਼ਨ ਨਹੀਂ ਅਸੀਂ ਦੋ ਮਹੀਨੇ ਛੁੱਟੀਆਂ ਹੋਣੀਆਂ ਅਤੇ ਦੋ ਮਹੀਨੇ ਅਸੀਂ ਉੱਥੇ ਜਾ ਕੇ ਪੜ੍ਹਨਾ ਉਹਨਾਂ ਦਾ ਪਿੰਡ ਕਿਹੜਾ ਸੀ ਹਾਂਜੀ ਉਹ ਨਾਂ ਦੇ ਪਿੰਡ ਸੀ ਇੱਕ ਪੜ੍ਹੀ ਦੇ ਨਾਲ ਹੀ ਲੱਗਦਾ ਪਿੰਡ ਆ ਗਿਆ ਅਤੇ ਹੁਣ ਨਾਂ ਚੇਤੇ ਨਹੀਂ ਆ ਰਿਹਾ ਅਤੇ ਉਸ ਪਿੰਡ ਦੇ ਅਸੀਂ ਜਾਣਾ ਹੁਸੈਨ ਹੋਰਾਂ ਸਾਨੂੰ ਸਭ ਉੱਥੇ ਬਿਠਾਉਣਾ ਹਾਂਜੀ ਸਾਨੂੰ ਚਾਹ ਪਾਣੀ ਪਿਲਾ ਦੇ ਅਤੇ ਉਹਨੇ ਕਿਹਾ ਛੋਟੀਆਂ ਲੈ ਕੇ ਅਸੀਂ ਪੁੱਛਣਾ ਪੜ੍ਹੀਆਂ ਪਹੁੰਚ ਕੇ ਅਸੀਂ ਫਿਰ ਲਿਖਣਾ ਵੇਖੋ ਜੀ ਕਹਿੰਦਾ ਅੱਜ ਕਹਿੰਦੇ ਕਹਿੰਦੇ ਤੁਹਾਡਾ ਮੈਥ ਬੜਾ ਚੰਗਾ ਮੁੰਡੇ ਮੇਰੇ ਪੋਤੇ ਵੀ ਕਹਿ ਮੇਰੇ ਪੁੱਤਰ ਇਹ ਮੈਥ ਜਿਹੜਾ ਇਹ ਤੁਹਾਡੀ ਪੜਦਾਦੀ ਜਿਹੜੀ ਆ ਮੇਰੀ ਮਾਂ ਅੱਛਾ ਉਹ ਸੀ ਨਾਰਮਲ ਸਕੂਲ ਦੇ ਉਹਨਾਂ ਨਾਰਮਲ ਅੱਜ ਕੱਲ੍ਹ ਜੇ ਵੀ ਟੀ ਆ ਨਾ ਉਸ ਨਾਰਮਲ ਹੁੰਦੀ ਸੀ ਅੱਛਾ ਜੀ ਅਤੇ ਮੈਂ ਕਿਹਾ ਨਾਰਮਲ ਤੋਂ ਪੜ੍ਹਾਉਂਦੀ ਰਹੀ ਆ ਪਾਪਾ ਜੀ ਸਾਨੂੰ ਨੌਕਰੀ ਨਹੀਂ ਕਰਦੇ ਤੇ ਉਹਨੂੰ ਅਤੇ ਉਹਨਾਂ ਮੈਨੂੰ ਪੜ੍ਹਾਇਆ ਮੈਨੂੰ ਮੇਰਾ ਸਦਾਵਾ ਸਿੰਘ ਮੇਰੇ ਨਾਲ ਦੋਸਤ ਅਕਬਰ ਇਸ ਤਰ੍ਹਾਂ ਨੇ ਵਿਆਹ ਕੇ ਪੜ੍ਹਨਾ ਮੇਰੇ ਤੇ ਨਾ ਪੱਕੀ ਦੋਸਤ ਅਕਬਰ ਹੋਣਾ ਬਾਰੇ ਦੱਸੋ ਉਹਨਾਂ ਦੇ ਬਾਪ ਦਾ ਕੀ ਨਾਂ ਸੀ ਅੱਬਾ ਦਾ ਨਹੀਂ ਯਾਦ ਉਹਨਾਂ ਦਾ ਘਰ ਕਿੱਥੇ ਸੀ ਸਾਰਾ ਅਸੀਂ ਗੁਰਦੁਆਰੇ ਜਾਣਾ ਰਸਤੇ ਵਿੱਚ ਘਰ ਹੁਣ ਨਹੀਂ ਘਰ ਉੱਥੇ ਰਸਤੇ ਵਿੱਚ ਹੀ ਪੈਂਦਾ ਸੀ ਅਸੀਂ ਜੇ ਸਵੇਰੇ ਨਾ ਕੇ ਆਉਣਾ ਉਹ ਦੂਸਰੇ ਸਾਰਿਆਂ ਨੂੰ ਕਹਿਣਾ ਤੂੰ ਆ ਜਾਈਂ ਯਾਦ ਅਤੇ ਆਪਾਂ ਅਕਬਰ ਸਾਰ ਉੱਥੇ ਉੱਥੇ ਮਿਲਾਂਗੇ ਮੈਂ ਵੀ ਆਪਣਾ ਤਿਆਰ ਤੋਂ ਹੋ ਕੇ ਆ ਜਾਣਾ ਅਕਬਰ ਨਾਲ ਲੈਣਾ ਅਕਬਰ ਨਾਲ ਦੇ ਜਾਣਾ ਅਤੇ ਸਰਦਾਰ ਸਿੰਘ ਵਾਸਤੇ ਗੁਰਦੁਆਰੇ ਜਾਣਾ ਵੇਖੋ ਜੀ ਅਕਬਰ ਮੁਸਲਮਾਨ ਹੁੰਦੇ ਆ ਅੱਛਾ ਹਾਂ ਜੁੜਾ ਸੀਗਾ ਅਤੇ ਉਹਨੇ ਸਾਰੇ ਨਾਲ ਗੁਰਦੁਆਰੇ ਜਾਣਾ ਅਸੀਂ ਕਿੱਥੇ ਜਾਂ ਰਾਤ ਅਸੀਂ ਕਿਹੜੇ ਸਾਰੇ ਇੱਕ ਨਾਮ ਜੀ ਜਨਮਦਿਨ ਮਨਾਇਆ ਜਾਵਾਂ ਉਹ ਸਾਡੇ ਉੱਥੇ ਹੀ ਉੱਥੇ ਮਨਾਇਆ ਜਾਵਾਂ ਸਾਰੇ ਪਿੰਡ ਅੱਗੇ ਪਿੱਛੇ ਜਿਹੜੇ ਪਿੰਡ ਉੱਥੇ ਇਕੱਠੇ ਹੋਣੇ ਅਤੇ ਉਹ ਅਕਬਰ ਅਲੀ ਮੇਰੇ ਨਾਲ ਹੋਣਾ ਅਤੇ ਸਰਦਾਰ ਸਿੰਘ ਨੇ ਮੇਰੇ ਨਾਲ ਹੋਣਾ ਅੱਜ ਸਰਦਾਰ ਸਿੰਘ ਦਿੱਲੀ ਹੈ ਅੱਛਾ ਦਿੱਲੀ ਰਹਿੰਦੇ ਹਾਂ ਕਈ ਦਾਤ ਉਹਨਾਂ ਨੇ ਅਤੇ ਅਰਬਾਨ ਸਲਾਲ ਮੇਰੇ ਗਈ ਉਹ ਪਦ ਨਾਮ ਮੇਰੇ ਸਾਰੇ ਅਤੇ ਸਾਹਿਬ ਲਾਓ
ਉਹ ਅਕਬਰ ਦੀ ਕਹਿੰਦਾ ਵਾ ਯਾਦ ਆਉਂਦਾ ਇੱਕ ਮੁਸਲਮਾਨ ਹੋਣਾ ਅਤੇ ਬਸ ਦੇਖ ਲਓ ਜੀ ਅਕਬਰ ਅਲੀ ਹੁਣਾਂ ਨਾਲ ਕਿੰਨਾ ਪਿਆਰ ਸੀ ਤੁਹਾਡਾ ਬਹੁਤ ਪਿਆਰ ਜੀ ਪੁੱਛੋ ਹੀ ਨਾ ਮੈਂ ਉਹ ਕਿੱਥੇ ਆਉਣਾ ਉਹਨੇ ਮੇਰੇ ਨਾਲ ਜਾਣਾ ਗੁਰਦੁਆਰੇ ਜਾਣਾ ਜੇ ਦੇਰੀ ਦਾ ਪਾਠ ਰੱਖਣਾ ਤਾਂ ਰਾਤੀਂ ਰਾਤੀਂ ਉੱਥੇ ਜਾਣਾ ਉਹਨਾਂ ਕੈਸਾ ਹੋ ਗਿਆ ਤਾਂ ਅਤੇ ਸੜਕਾਂ ਦੀ ਵਿਵਸਥਾ ਨਹੀਂ ਕਰਾਉਣੀਆਂ ਅਤੇ ਅਸੀਂ ਰਾਤੀਂ ਜਾਣਾ ਉੱਥੇ ਮੇਰੇ ਨਾਲ ਮੈਂ ਅਤੇ ਸਰਦਾਰਾ ਸਿੰਘ ਅਤੇ ਨਾਲ ਇੱਕ ਗੁੱਟ ਹੁੰਦਾ ਸੀ ਅਤੇ ਉਹ ਅਸੀਂ ਆਪ ਬੈਗ ਪੜ੍ਹਨਾ ਅਤੇ ਸ਼ਾਮ ਦੀ ਫਿਰ ਆ ਗਿਆ ਇਹ ਹੁੰਦਾ ਸੀ ਘਰਾਂ ਦੇ ਵਿੱਚ ਨਾ ਰੋਟੀਆਂ ਟੋਕਰੇ ਦੇ ਵਿੱਚ ਨਾ ਟੋਕਰੀ ਜੀ ਉਹ ਰੱਖ ਦੇਣੀਆਂ ਕਿਉਂਕਿ ਤੰਦੂਰ ਦੀਆਂ ਰੋਟੀਆਂ ਪੁਰਾਣੀਆਂ ਮਾਤਾ ਸਾਰੇ ਉਸ ਵਿੱਚ ਰੱਖ ਦੇਣੀਆਂ ਅਤੇ ਕੁਝ ਅਸੀਂ ਲੂਣ ਲਾ ਕੇ ਮਾਤਾ ਨੇ ਰੋਟੀਆਂ ਲਾ ਦੇਣੀਆਂ ਜਿਹੜੀਆਂ ਰੁੜਦੀਆਂ ਆਉਂਦੀਆਂ ਅਤੇ ਉਹ ਵੀ ਅਸੀਂ ਖਾਣੀ ਅਤੇ ਚਾਰ ਮਾਤਾ ਨੂੰ ਕਹਿਣਾ ਪਰ ਵੀ ਜੀ ਤੁਸੀਂ ਸਾਨੂੰ ਚਾਹ ਦੇ ਦਿਓ ਅਤੇ ਰੋਟੀ ਦੇ ਦਿਓ ਅਸੀਂ ਤਿੰਨ ਬੈਗ ਉੱਥੇ ਖਾ ਉੱਥੇ ਖਾਣੀ ਉੱਥੇ ਹੀ ਆਪਾਂ ਸ਼ਾਮ ਨੂੰ ਜਾਣਾ ਉੱਥੇ ਲੈ ਕੇ ਅਤੇ ਅਸੀਂ ਫਿਰ ਰਾਤ ਨੂੰ ਖੇਡਣਾ ਵੀ ਪੁੱਛੋ ਪੈਣਾ ਜੀ ਅੱਛਾ ਜੋਰ ਸਾਹਿਬ ਦੱਸਿਓ ਕਿ ਜਿਹੜੇ ਖਾਸ ਖਾਸ ਪਰਿਵਾਰ ਸੀਗੇ ਸਿੱਖਾਂ ਦੇ ਮੁਸਲਮਾਨਾਂ ਦੇ ਜਾਂ ਹਿੰਦੂਆਂ ਦੇ ਜਾਂ ਕੋਈ ਲੰਬੜਦਾਰ ਸੀ ਜਾਂ ਕੋਈ ਐਮ ਸੀ ਸੀ ਕੋਈ ਨਾਂ ਯਾਦ ਲੰਬੜਦਾਰ ਦਾ ਨਾਂ ਕਿਤੇ ਮੈਂ ਕਿਉਂ ਇਹ ਜੀ ਮੇਰੀ ਬੜੀ ਘੱਟ ਸੀਗੀ ਹਿਸਾਬ ਲਓ ਕਿ ਜੇ ਮੈਂ ਚੌਥੀ ਪੜ੍ਹਦਾ ਸੀ ਪੰਜ ਜਾਂ ਨੌ ਸਾਲ ਦੀ ਏਜ ਅਤੇ ਕਹਿ ਲਓ ਅਤੇ ਇਹਨਾਂ ਨੇ ਹਾਂ ਇਹ ਜ਼ਰੂਰ ਹੈ ਇਹ ਇੱਕ ਅਲਮ ਮਸਲੀ ਹੁੰਦਾ ਸੀ ਜਿਹੜਾ ਬਾਹਾਂ ਟੁੱਟ ਜਾਣਾ ਅੱਛਾ ਅਤੇ ਜਾ ਕੇ ਡੋਲ ਖੁਸ਼ੀ ਕਰਸੀ ਡੋਲ ਹੋ ਜਾਂਦਾ ਸੀ ਅਤੇ ਉਹ ਮੇਰੀ ਬਾਹਾਂ ਫਿਰ ਟੁੱਟ ਗਈ ਇਸ ਤਰ੍ਹਾਂ ਮੈਂ ਇੱਕ ਪੈਰੀ ਯਾਦ ਸੀ ਬਚਪਨ ਆਉਂਦਾ ਅਸਾਂ ਦਰਸ਼ਕਾਂ ਛਲਾਂਗਾ ਮਾਰੀਆਂ ਡਿੱਗੀਆਂ ਅਤੇ ਮੇਰੀ ਬਾਹਾਂ ਇਹ ਦਰਜ ਟੁੱਟ ਗਈ ਉਹ ਫਿਰ ਬਣੀ ਮੈਨੂੰ ਬਣ ਵਧੀ ਵੀ ਕੋਈ ਆਈ ਜਾ ਤੁਸੀਂ ਬਣਾ ਜਾਓ ਪਹਿਲਾਂ ਦੂਸਰੇ ਤੁਸੀਂ ਬਾਂਹ ਜਾਂ ਟੁੱਟ ਜਾ ਚੀਜ਼ ਤਾਂ ਜੁੜਦੀ ਨਹੀਂ ਲੇਕਿਨ ਉਹ ਹਲਮ ਸਲੀ ਐਸਾ ਤਾਂ ਮੈਂ ਨਾ ਉਹਦੇ ਬਾਂਹ ਜੋੜਦੀ ਸੀ ਵਾਹ ਸੁਸਾਬ ਲਾ ਉਹ ਅੱਜ ਤੱਕ ਮੈਨੂੰ ਦਰਦ ਨਹੀਂ ਹੋਈ ਨਾ ਮੈਨੂੰ ਮਹਿਸੂਸ ਹੋਇਆ ਪਰ ਮੇਰੀ ਬਾਂਹ ਟੁੱਟ ਗਈ ਵਾਹ ਇਹ ਵੇਖੋ ਜੀ ਚੀਜ਼ ਬੜੇ ਚੰਗੇ ਪਰਿਵਾਰ ਹੁੰਦੇ ਸੀ ਅਤੇ ਜਿਹੜਾ ਨਾ ਪਿੰਡਾਂ ਦੇ ਵਿੱਚ ਬੜੀ ਰਿਸਪੈਕਟ ਹੋਣੀ ਹੁਣ ਮੈਂ ਸਾਡੇ ਬਲਾਦੀ ਦੇ ਗਈ ਸੀ ਇੰਦਰ ਸਿੰਘ ਜੋਰ ਹਾਂਜੀ ਉਹ ਲੁਧਿਆਣਾ ਮੇਰੇ ਖਿਆਲ ਅਤੇ ਉਹ ਕਰਤਾਰ ਸਿੰਘ ਜੋਰ ਉਹ ਦਿੱਲੀ ਆ ਉਹਨਾਂ ਮੁੰਡਾ ਦਿੱਲੀ ਹੈ ਅਤੇ ਉਹਦਾ ਜਿਹੜਾ ਮੁੰਡਾ ਇਹ ਇੱਕ ਸਾਡਾ ਆਪਣਾ ਮੇਰਾ ਸਾਂਡੂ ਹੈ ਅੱਛਾ ਦਿੱਲੀ ਆਉਂਦਾ ਅਤੇ ਮੈਂ ਬਸ ਦੇਖੋ ਜੀ ਮੁਸਲਮਾਨਾਂ ਨੇ ਆਉਂਦੇ ਪੈਸੇਦਾਰਾਂ ਨੇ ਜਿਹੜੇ ਤਗੜੇ ਕਾਰਡ ਹੁੰਦੇ ਮੁਸਲਮਾਨਾਂ ਨੂੰ ਜਿਹੜਾ ਪੈਸਾ ਪੂਸਾ ਚਾਹੀਦਾ ਹੋਣੇ ਆ ਉਹ ਸਾਡੇ ਸਰਦਾਰਾਂ ਕੋਲ ਲਾਉਂਦੇ ਸਨ ਤਾਂ ਤੁਹਾਡਾ ਤੁਹਾਡਾ ਪਰਿਵਾਰ ਵੀ ਸ਼ਾਹੂਕਾਰਾ ਕਰਦਾ ਸੀ ਨਹੀਂ ਸ਼ਾਹੂਕਾਰਾ ਕੀਤਾ ਅੱਛਾ ਇੱਥੇ ਹੀ ਆ ਗਿਆ ਸ਼ਾਹੂਕਾਰਾ ਕਿਤੇ ਅਸੀਂ ਸ਼ੁਰੂ ਨਹੀਂ ਕੀਤਾ ਸ਼ਾਹੂਕਾਰਾ ਸਾਡੇ ਫਾਦਰ ਨੇ ਕਰਨ ਦਿੱਤਾ ਕਹਿੰਦਾ ਸ਼ਾਹੂਕਾਰਾ ਇਹ ਹੈ ਅਸੀਂ ਵਿਆਹ ਹੀ ਲਵਾਂਗੇ ਉਹ ਕਿਸੇ ਕੰਮ ਅਤੇ ਜੋਰ ਸਾਹਿਬ ਥੋੜ੍ਹਾ ਜਿਹਾ ਹੋਰ ਜਾਈਏ ਪਿੱਛੇ ਕੋਈ ਮੇਲਾ ਵੀ ਲੱਗਦਾ ਸੀ ਉੱਥੇ ਬਸ ਇਹ ਲੱਗਦਾ ਸੀ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਉਹ ਹੀ ਲੱਗਦਾ ਸੀ ਮੇਲਾ ਵੀ ਮੇਲੇ ਵੀ ਕਹਿ ਲਓ ਗੁਰਪੁਰਬ ਮਨਾਇਆ ਜਾਂਦਾ ਸੀ ਉਹਦਾ ਡੇਰੀ ਦੇ ਅਤੇ ਤੁਸੀਂ ਫਿਰ ਰਾਵਲਪਿੰਡੀ ਕਦੋਂ ਗਏ ਕਿਹੜੇ ਸੰਨ 'ਚ 46 'ਚ 46 'ਚ ਜਦੋਂ ਪਾਰਟੀਸ਼ਨ ਹੋਈ ਤੁਸੀਂ ਰਾਵਲਪਿੰਡੀ ਸੀ ਮੈਂ ਸਰ ਰਾਵਲਪਿੰਡ ਸੀ ਉਸ ਰਾਵਲਪਿੰਡੀ ਮੈਂ ਦੱਸਾਂ ਕਿਹੜੇ ਮੱਲੇ ਰਹਿੰਦੇ ਸੀ ਮੱਲਾ ਸੀ ਵਰਕਸ਼ਾਪੀ ਮੱਲਾ ਜੀ ਅਤੇ ਉਹ ਸਾਰਾ ਮੁਸਲਮਾਨਾਂ ਦੀ ਅੱਛਾ ਬਿਲਕੁਲ ਸਾਰਾ ਮੈਂ ਸਾਰਾ ਮਸਜਿਦ ਹੁੰਦੀ ਉੱਥੇ ਜਿਸ ਵੇਲੇ ਰਾਈਡਸ ਹੋਏ ਨਾ ਅਤੇ ਉਹਨਾਂ ਸੀ ਪਰ ਸਾਡੇ ਜਿਹੜੇ ਵਿੱਚ ਰਹਿੰਦਾ ਨਾ ਉਹ ਕਿਰਾਣੇ ਦੁਕਾਨ ਸੀ ਉਹਦੀ ਉਹਨੇ ਇੱਕ ਬੋਰੀ ਮਰਚਾਂ ਵਿਆਹ ਕੇ ਨਾ ਉੱਪਰ ਰੱਖਦੀ ਸੀ ਅਸੀਂ ਵੱਡੇ ਵੱਡੇ ਰੱਖਦੇ ਸੀ ਅਤੇ ਰਾਤੀ ਨਾ ਮੇਰੇ ਭਰਾਵਾਂ ਨੇ ਅਤੇ ਸਾਧ ਸਾਰੇ ਉਹਨਾਂ ਪਹਿਰਾ ਦੇਣਾ ਅਤੇ ਮੈਂ ਤਾਂ ਮਦਰ ਮੇਰੀ ਨਾ ਇਹ ਸਾਹਮਣੇ ਮਰਲੇ ਚੁਣ ਮਤਲਬ ਕਿ ਸਾਹਮਣੇ ਸਾਰੇ ਟੀ ਫੋਰ ਉੱਥੇ ਉਹਨਾਂ ਨੇ ਨਾ ਗਲੀ ਦੇ ਵਿੱਚ ਨਾ ਗੇਟ ਲਾਇਆ ਸੀ ਲੋਹੇ ਦਾ ਅਤੇ ਜਿਹੜਾ ਉਹਨੂੰ ਰਾਤ ਨੂੰ ਕਰੰਟ ਦੇ ਦਿੰਦਾ ਅੱਛਾ ਹਾਂਜੀ ਅਤੇ ਅਸੀਂ ਉੱਪਰ ਸਾਰੀ ਰਾਤ ਮੈਂ ਮਦਰ ਦੇ ਮੈਨੂੰ ਉਸ ਚੇਤੇ ਆਉਣਾ ਮੈਂ ਮਾਂ ਦੀ ਚੋਲੀ ਚੀਸੇ ਡਾਕਟਰ ਮੈਂ ਸਾਥ ਸੁਣ ਜਾਣਾ ਅਤੇ ਮਦਰ ਮੇਰੀ ਸਾਰੀ ਰਾਤ ਜਾਗਦੇ ਰਹੇ ਉਸ ਤੋਂ ਸਾਹਮਣਾ ਬਈ ਵਕਤ ਠੀਕ ਬਹੁਤ ਚੰਗਾ ਮਤਲਬ ਨਹੀਂ ਜੀ ਸਾਰੇ ਮੁਸਲਮਾਨਾਂ ਅਲਾਹੂ ਅਕਬਰ ਜਾਂਦੇ ਸੀ ਕੋਈ ਮਰਦੇ ਸੀ ਮੁਸਲਮਾਨ ਅਤੇ ਉਹਨਾਂ ਨੇ ਲਾਸ਼ਾਂ ਲੈ ਕੇ ਜਾਂਦੇ ਸਾਰੇ ਕਰਦੇ ਸਨ ਲੰਘ ਕੇ ਜਾਂਦੇ ਸਨ ਅਤੇ ਸਾਹਮਣੇ ਗੁਰਦੁਆਰਾ ਹੁੰਦੇ ਸੀ ਹਾਂਜੀ ਅਤੇ ਗੁਰਦੁਆਰਾ ਉੱਥੇ ਉਹਨਾਂ ਨੇ ਨਾ ਸਰਦਾਰਾਂ ਨੇ ਮਿਲਟਰੀ ਕਈ ਰਾਜ ਮਿਲਟਰੀ ਪਰਸਨ ਸਨ ਜਿਹਨਾਂ ਬਜ਼ੁਰਗਾਂ ਸਨ
ਉਹ ਰਾਤੀ ਉਹਨੇ ਬੰਦੂਕਾਂ ਤਾਣ ਗਿਆ ਉੱਥੇ ਸੋਣਾ ਅਤੇ ਤੁਹਾਨੂੰ ਮੈਂ ਵਾਕਿਆ ਦਿਖਾਵਾਂ ਜਿਹੜੇ ਉਸ ਗੁਰਦੁਆਰੇ ਦਾ ਉਸ ਵਕਤ ਦਾ ਉਹ ਰਾਤੀ ਗੁਰਦੁਆਰੇ ਵਿੱਚ ਕੋਈ ਨਹੀਂ ਆਉਂਦਾ ਭਾਈ ਹੁੰਦਾ ਸਰ ਅਤੇ ਮੁਸਲਮਾਨ ਰਾਤੀ ਸਾਰੇ ਆ ਕੇ ਗੁਰਦੁਆਰਾ ਟੁੱਟੇ ਅਤੇ ਮੁਸਲਮਾਨ ਜਿਹੜੇ ਆਏ ਨਾ ਉਸੇ ਪਾਸ ਗੁਰਦੁਆਰੇ ਸਾਹਮਣੇ ਆਏ ਉਹਨਾਂ ਅੱਗੇ ਦੱਸਿਆ ਬਈ ਇਹ ਫੂਜਾਂ ਅਕਾਲੀ ਫੂਜਾਂ ਕਿੱਥੋਂ ਆ ਗਈਆਂ ਕੋੜੇ ਛੋੜੇ ਦਾ ਸਵਾਲ ਸਰਦਾਰ ਸਾਰੇ ਅਤੇ ਉਹ ਰਾਤੀ ਉੱਡਾ ਗਏ ਉਹ ਚਲੇ ਗਏ ਵਾਪਸ ਚਲੇ ਗਏ ਦੂਸਰੇ ਦਿਨ ਉਹ ਭਾਈ ਕੋਲ ਪੁੱਛਦੇ ਸਰਦਾਰ ਜੀ ਤੁਹਾਡੇ ਰਾਤੀ ਕੋਈ ਬਣੂ ਆਏ ਸੀ ਸਰਦਾਰ ਕਹਿਣਾ ਕੋਈ ਨਹੀਂ ਕਹਿੰਦਾ ਰਾਤੀ ਅਸੀਂ ਆਏ ਸੀ ਸਾਨੂੰ ਤਾਂ ਇਹ ਨਜ਼ਰ ਆਇਆ ਬਈ ਘੋੜਿਆਂ ਸਵਾਲ ਨੇ ਅਤੇ ਵਿੱਚ ਇੱਕ ਸਰਦਾਰ ਆ ਹਾਂਜੀ ਅਤੇ ਜਿਹਨੂੰ ਅਸੀਂ ਵੀ ਪਹਿਚਾਣ ਨਹੀਂ ਸਕੇ ਅਸੀਂ ਉਸ ਦਿਨ ਸਕੂਲ ਸੀ ਜਿੱਦਣ ਰਾਇਟ ਸ਼ੁਰੂ ਹੋਏ ਅੱਛਾ ਤੁਹਾਡਾ ਸਕੂਲ ਕਿੱਥੇ ਸੀ ਰਾਵਲੇ ਪਿੰਡੀ ਜੀ ਰਾਵਲੇ ਸਕੂਲ ਸੀ ਖਾਲਸਾ ਸਕੂਲ ਸੀ ਜੀ ਖਾਲਸਾ ਸਕੂਲ ਖਾਲਸਾ ਸਕੂਲ ਜੀ ਉਹ ਸੀ ਸਰਦਾਰਾਂ ਬਾਗ ਹੈ ਜੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਸੀ ਜੀ ਜੀ ਸਰਦਾਰਾਂ ਬਾਗ ਆ ਉਹ ਅੰਗਰੇਜ਼ਾਂ ਦੇ ਦਾ ਜਿੱਦਾਂ ਅੰਗਰੇਜ਼ ਇੱਥੇ ਆਪਣੇ ਆਏ ਸਨ ਅਤੇ ਅੰਗਰੇਜ਼ ਸਰਦਾਰਾਂ ਬਾਗ 'ਚ ਠਹਿਰਦੇ ਸਨ ਉੱਥੇ ਹੀ ਉਹ ਆਪਣਾ ਜੋ ਲਾਉਣਾ ਕਰਨਾ ਅਤੇ ਉਹ ਵੇਖੋ ਹਿਸਾਬ ਲਾਓ ਬਾਈ ਮੇਰੇ ਨਾਲ ਹੀ ਮੇਰਾ ਜਿਹੜਾ ਮੁਸਲਮਾਨ ਸੀ ਪੜ੍ਹਦਾ ਸਹੀਏ ਸੀਗਾ ਅਤੇ ਸਾਰੇ ਸੂਟ ਪੜ੍ਹਦੇ ਸੀ ਅਤੇ ਉਹ ਜਿਹੜਾ ਉਹਦੇ ਨਾਲ ਬੜਾ ਰਾਇਟ ਸ਼ੁਰੂ ਹੋਇਆ ਜੀ ਸਾਨੂੰ ਇੱਕ ਖਾਸ ਹਾਲ ਪਾਰਟੀ ਹੁੰਦੀ ਸੀ ਮੁਸਲਮਾਨਾਂ ਲਈ ਖਾਸ ਹਾਲ ਅਤੇ ਉਹ ਸਪੈਸ਼ਲ ਗਏ ਜੀ ਉੱਥੇ ਲੈ ਕੇ ਸਾਰੇ ਉੱਥੇ ਗਏ ਵੀ ਜਿਹਨੇ ਮੁੰਡੇ ਨਾਲ ਸਰਦਾਰਾਂ ਦੇ ਆਓ ਸਾਡੇ ਨਾਲ ਹੈਂ ਅਤੇ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਜਿਹੜੇ ਜਾਣਾ ਤੁਸੀਂ ਉੱਥੇ ਚਲੇ ਜਾਇਓ ਅਸਾਂ ਸਾਰਾ ਰਲ ਪਿੰਡੀ ਸਾਰਾ ਉਹਨਾਂ ਗਿਆ ਅੱਛਾ ਹਾਂਜੀ ਜਿੰਨੇ ਖਾਲਸਾ ਸਕੂਲ ਦੇ ਮੁੰਡੇ ਸਾਰੇ ਮੈਨੂੰ ਆਪ ਗਲੀ ਦੇ ਵਿੱਚ ਛੋੜ ਗਏ ਕਾਰ ਦਾ ਕਹਿਣਾ ਜੀ ਕਾਕਾ ਜੇ ਆਪ ਚਲੇ ਜਾਓ ਅਤੇ ਕਹੋ ਤਾਂ ਮੈਂ ਚਿਕਾ ਲਓ ਮੈਂ ਕਿਹਾ ਜੀ ਕੋਈ ਨਹੀਂ ਮੈਂ ਚਲਾ ਜਾਊਂਗਾ ਇੰਨੀ ਪ੍ਰੋਟੈਕਸ਼ਨ ਮੈਂ ਕਹਿੰਦਾ ਹੈਰਾਨ ਹੋਣਾ ਬਈ ਉਹ ਵਕਤ ਅੰਗਰੇਜ਼ਾਂ ਦਾ ਮੈਂ ਕਹਿੰਦਾ ਬਹੁਤ ਚੰਗਾ ਸੀ ਅੱਛਾ ਹਰ ਚੀਜ਼ ਸਸਤੀ ਹਾਂਜੀ ਅਤੇ ਰਿਸਪੈਕਟ ਕੋਈ ਕਿਸੇ ਨੇ ਜ਼ੁਲਮ ਨਹੀਂ ਕਿਸੇ ਨੇ ਅਸੀਂ ਸਹੀ ਆਜ਼ਾਦੀ ਮੰਗੀ ਹੈ ਚਲੋ ਮਹਾਰਾਜ ਸੱਚੇ ਪਾਤਸ਼ਾਹ ਆਜ਼ਾਦੀ ਕਾਇਮ ਰਹੇ ਕਿਉਂਕਿ ਕੁਰਬਾਨੀਆਂ ਕਰਕੇ ਮਿਲੀ ਆਜ਼ਾਦੀ ਪਰ ਹੁਣ ਉਹ ਚੀਜ਼ ਸਿਆਸਤ ਹੋ ਗਈ ਜ਼ਿਆਦਾ ਸ਼ੁਰੂ ਹੁਣ ਉਹ ਚੀਜ਼ ਹੈ ਉਹ ਵਕਤ ਬਹੁਤ ਸੋਹਣਾ ਕੱਟਿਆ ਅਤੇ ਉਸ ਤੋਂ ਬਾਅਦ ਫਾਰਟੀ ਸੈਵਨ 'ਚ ਨਾ ਜਿਹੜੇ ਰਾਈਡ ਸ਼ੁਰੂ ਹੋਏ ਰਾਈਡਸ ਹੋਏ ਫਿਰ ਸਾਡੇ ਫਾਦਰ ਨੇ ਨਾ ਕਿਸੇ ਮੇਰੇ ਬ੍ਰਦਰ ਸੀ ਕਦਰ ਉਹ ਕਲਕੱਤੇ ਆਪਣੇ ਟਰੱਕ ਚਲਾਉਂਦਾ ਸੀਗਾ ਅਤੇ ਉਹ ਕਿਹਾ ਬਾਈ ਯਾਦ 'ਤੇ ਆਇਆ ਕਸ਼ਮੀਰੋਂ ਅਤੇ ਉਹ ਕਿ ਪਿੰਡੀ ਆਇਆ ਤਾਂ ਆਨੇ ਸਾਹਿਬ ਨਾ ਕਹਿੰਦਾ ਤਾਇਆ ਜੀ ਕਿਹਾ ਸੁਣੋ ਤੁਸੀਂ ਨਾ ਇਹਨਾਂ ਤਾਈ ਜੀ ਨੂੰ ਅਤੇ ਇੰਨਾ ਫੜਾਵਾਂ ਮੇਰੇ ਨੂੰ ਇਹ ਤੁਸੀਂ ਗੱਡੀ ਚਲਾ ਦਿਓ ਕਹਿੰਦਾ ਕੀ ਆ ਕਹਿੰਦਾ ਹਾਊਸ ਬੋਟ ਵਾਲੇ ਪਤਾ ਕੀ ਹੋਣਾ ਤੁਸੀਂ ਇਹਨਾਂ ਚਲਾ ਦਿਓ ਅਤੇ ਪਟਿਆਲੇ ਚਲੇ ਜਾਓਗੇ ਉਹਨੇ ਮਾਰਿਆ ਪਟਿਆਲੇ ਬੜਾ ਕਿਤੇ ਕੈਂਪ ਲੱਗਾ ਸੀ ਪਟਿਆਲੇ ਦੁਖਨਾਨ ਸਾਹਿਬ ਹੈ ਨਾ ਗੁਰਦੁਆਰਾ ਵੈਸੇ ਸਾਹਿਬ ਅੱਜ ਕੱਲ੍ਹ ਆਬਾਦੀ ਬਹੁਤ ਹੋ ਗਈ ਇਹ ਸਾਰੀ ਖਾਲੀ ਹੁੰਦੀ ਸੀ ਅਤੇ ਇੱਥੇ ਹੀ ਕੈਂਪ ਲੱਗਾ ਸੀ ਅਸੀਂ ਇੱਥੇ ਆ ਗਏ ਅਸੀਂ ਆ ਗਏ ਇੱਥੇ ਰੋਟੀਆਂ ਲੈਣੀਆਂ ਖਾਧੀਆਂ ਕਿਉਂਕਿ ਅਤੇ ਫਿਰ ਸਾਨੂੰ ਲੈ ਕੇ ਵੈਦਕ ਜੀ ਅਲਾਟ ਹੋ ਗਈ ਉਸ ਤੋਂ ਬਾਅਦ ਅਸੀਂ ਚਲੇ ਗਏ ਬ੍ਰਦਰ ਸਾਹਿਬ ਨੇ ਆਪਣਾ ਕੰਮ ਸ਼ੁਰੂ ਕੀਤਾ ਪਟਿਆਲੇ ਚਲੇ ਗਏ ਸਾਹਿਬ ਔਰ ਮੇਰੇ ਕਜ਼ਨ ਬ੍ਰਦਰ ਜਾਂ ਭੂਆ ਜੀ ਮੇਰੇ ਨਾਲ ਸੀ ਸਾਡੇ ਕੋਲ ਨਹੀਂ ਸੀ ਸਾਡੇ ਕੋਲ ਡੈਥ ਹੋਈ ਉਹਨਾਂ ਦੀ ਅਤੇ ਔਰ ਬ੍ਰਦਰ ਸੀ ਉਹ ਸਾਰੇ ਲੁਧਿਆਣਾ ਚਲੇ ਗਏ ਅਤੇ ਅੱਛਾ ਮੈਂ ਕਹਾਂ ਜੀ ਬਹੁਤ ਅੱਛਾ ਅੱਛਾ ਜੋ ਸਾਹਿਬ ਕੋਈ ਰਹਿ ਵੀ ਗਿਆ ਹੈਂ ਉੱਧਰ ਕੋਈ ਰਹਿ ਵੀ ਗਿਆ ਤੁਹਾਡੇ ਰਿਸ਼ਤੇਦਾਰਾਂ 'ਚੋਂ ਜਾਂ ਵਾਕਫ ਬੰਦਿਆਂ 'ਚੋਂ ਵੇਖੋ ਜੀ ਰਹਿ ਤਾਂ ਕੋਈ ਨਹੀਂ ਗਿਆ ਉਹਨਾਂ 'ਚ ਲੇਕਿਨ ਇੱਕ ਜ਼ਰੂਰ ਉਹਦਾ ਸਾਡੇ ਨਾ ਕਈ ਹੈਗੇ ਉਹਦਾ ਪਾਕਿਸਤਾਨ 'ਚ ਸਾਡੇ ਰਿਸ਼ਤੇਦਾਰ ਕਈ ਆ ਜਿਹਦੇ ਨਾਲ ਪਹਿਲਾਂ ਮੁਸਲਮਾਨ ਹੋ ਗਏ ਸੀ ਅੱਛਾ ਜੀ ਉਹ ਗੱਲ ਸੁਣਾਓ ਉਹ ਇਹ ਹੈ ਬਈ ਉਹ ਨਾ ਗੱਲ ਇਹ ਹੁੰਦੀ ਸੀ ਅੱਗੇ ਵਿਆਹ ਨਹੀਂ ਹੁੰਦੇ ਸੀ ਇਹ ਮੈਂ ਦੱਸਾਂ ਕੁੜੀਆਂ ਖੱਟ ਦੂਰ ਦੂਰ ਆਉਣਾ ਕਿਤੇ ਵਿਆਹ ਨਾ ਆਉਣਾ ਉਹਨਾਂ ਮੁਸਲਮਾਨ ਸਾਰੇ ਪਿੰਡ 'ਚ ਸੀ ਉਹ ਵੀ ਬੜੇ ਜਿਹੜੇ ਉਹ ਜੀ ਹੋ ਗਿਆ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਸਾਡਾ ਮਕਾਨ ਦੇ ਵਿੱਚ ਨਾ ਇਹ ਉਹੀ ਆਇਆ ਜਿਹੜਾ ਮੁਸਲਮਾਨ ਹੋ ਗਿਆ ਸੀ ਸਰਦਾਰ ਅਤੇ ਜਾਂ ਕੋਈ ਹੋਰ ਕਿਉਂ ਉਹਦੀ ਸਟੋਰੀ ਸੁਣਾਓ ਜੀ ਕਿਵੇਂ ਹੋਇਆ ਸੀ ਮੁਸਲਮਾਨ ਕੀ ਨਾਂ ਸੀ ਕੌਣ ਸੀ ਉਹ ਨਾਂ ਨਹੀਂ ਤੁਹਾਡੇ ਪਿਤਾ ਜੀ ਦਾ ਚਾਚਾ ਸੀ ਸਕਾ ਰਿਸ਼ਤੇਦਾਰੀ ਮਤਲਬ ਸਾਰੇ ਸਾਰੀ ਬਰਾਦਰੀ ਆਪਣੀ ਸੀ ਨਾ ਸਾਰੀ ਅੱਛਾ ਯਾਨੀ ਕਿ ਜੋਰਾਂ 'ਚੋਂ ਸੀਗਾ ਉਹ ਜੋਰ ਸੀ ਹੋਇਆ ਕਿਵੇਂ ਦੱਸਿਓ ਮਾੜਾ ਜਿਹਾ ਬਸ ਇਹ ਵਿਆਹ ਨਹੀਂ ਹੋਇਆ ਤੂੰ ਘਰੋਂ ਜਾ ਕੇ ਵਿਆਹ ਕਰ ਲਿਆ ਮੁਸਲਮਾਨੀ ਨਾਲ ਅਤੇ ਫਿਰ ਮੇਲ ਨਹੀਂ ਹੋਇਆ ਸਾਡਾ ਉਹਦਾ
ਤੇ ਤੁਸੀਂ ਪੂਰੀ ਕਹਾਣੀ ਸੁਣਾਈ ਸੀ ਵੀ ਉਹਨੂੰ ਫਿਕਰ ਰੋ ਕੱਢ ਦਿੱਤਾ? ਨਹੀਂ, ਕੱਢ ਤਾਂ ਆਪੇ ਚਲਾ ਗਿਆ, ਮੁੜ ਕੇ ਖੜਾ ਆਏ ਨਹੀਂ। ਅੱਛਾ ਅੱਛਾ, ਬਾਜ਼ਾਰ ਚਲੇ ਜਾਣਾ, ਬਾਜ਼ਾਰੋਂ ਸਾਨੂੰ ਮਿਲ ਲੈਣਾ ਜਾਂ ਕਿਸੇ ਨੂੰ ਚਲੇ ਜਾਓ ਕਿਸੇ ਨੂੰ ਮਿਲ ਮੁਲ ਲੈਣਾ, ਲੇਕਿਨ ਉਹ ਨਹੀਂ। ਅਤੇ 47 'ਚ ਮਿਲਿਆ ਫਿਰ ਉਹ ਕਿਸੇ ਨੂੰ? ਨਹੀਂ ਜੀ, ਕਿਸੇ ਨੂੰ, ਕਿਉਂ ਉਹਦਾ ਪਿੰਡ ਕਰੋੜ ਸੀਗਾ ਅਤੇ ਸਾਲਾ ਪੜ੍ਹੀ ਸੀਗਾ ਅਤੇ ਆਹ ਪੜ੍ਹੀ ਦੇ ਨਾਲ ਹੀ ਹੋਊਗਾ ਕਿ ਮੈਨੂੰ ਨਾਲ ਸੀ ਕਿ ਨਾ ਪਤਾ ਲੈਣ ਲੈਣ ਨਾ ਕਿਸੇ ਉਹ ਤੋਂ ਕੋਈ ਨਹੀਂ ਗਿਆ, ਮੇਰੇ ਕਜ਼ਨ ਸੀਗੇ ਉਹਨਾਂ ਨੂੰ ਕੋਈ ਨਹੀਂ। ਇੱਧਰ ਵੀ ਆ ਕੇ ਇੱਕ ਮੇਰਾ ਤਾਇਆ ਜੀ ਸੀਗੇ ਕਾਨਪੁਰ ਹੈਗੇ ਸੀ ਪਹਿਲਾਂ ਬਿਫੋਰ ਪਾਰਟੀਸ਼ਨ ਹਾਂਜੀ, ਅਤੇ ਉੱਥੇ ਉਹਨਾਂ ਆਪਣਾ ਲੋਕਲ ਦਾ ਸੀਗਾ ਸਟਾਲ। ਕੀ ਨਾਂ ਕੀ ਸੀ ਉਹਨਾਂ ਦਾ? ਉਹਨਾਂ 'ਚ ਕੋਈ ਕਵੀ ਵੀ ਸੀ? ਮੈਂ ਨਾਂ ਕਿਸੇ ਚੇਤੇ। ਅੱਛਾ ਅੱਛਾ, ਕਿਉਂ ਬਹੁਤਾ ਕੰਟੈਕਟ ਨਹੀਂ ਹੈ ਜਿੱਥੇ ਨਾਂ ਨਹੀਂ। ਉੱਥੇ ਉਹ ਆ ਗਏ ਹੁਣ ਰਿਸ਼ੀ ਦੇ ਮੇਰੇ ਕੋਲ ਪਈ ਹੋਣੀ ਹੈ, ਉਹ ਸਾਨੂੰ ਲਿਖ ਕੇ ਦੇ ਗਏ ਜੀ ਤੁਸੀਂ ਇਹ ਸੰਭਾਲੋ ਇਹ ਸੰਭਾਲੋ। ਮੈਂ ਉੱਥੇ ਆ ਕੇ ਦੱਸਿਆ ਕਿਉਂਕਿ ਉਹ ਜੇ ਇੱਕ ਇੱਕ ਖਾਨਦਾਨੀ ਚੀਜ਼ਾਂ ਹੁੰਦੀਆਂ, ਇੱਕ ਮੈਂ ਦੱਸਾਂ ਇਹ ਜੇ ਚੀਜ਼ਾਂ ਹੁੰਦੀਆਂ ਨੇ, ਪੈਸਾ ਤੁਸੀਂ ਖਰਚੋ, ਛੇਤਰ ਤੁਸੀਂ ਖਾਓ, ਅਤੇ ਜਿਹੜੇ ਮਾਰ ਕੇ ਲੈਣੀ ਉਹ ਸਾਰੇ ਆ ਕੇ ਇਕੱਠੇ ਹੋ ਜਾਣਗੇ। ਵੇਖ ਵੱਡੀ ਚੀਜ਼ ਹੈ, ਠੀਕ ਹੈ। ਉਹਦੇ ਵਿੱਚ ਅਸੀਂ ਸਾਰੇ ਬੱਚੇ ਦਾ ਸਾਰਿਆਂ ਨੇ ਕਿਹਾ ਭਾਈ ਇਹ ਮੇਰੇ ਭੂਆ ਦਾ ਪੁੱਤਰ ਸੀ, ਮੈਂ ਕਿਹਾ ਯਾਰ ਇਹ ਕੱਲ੍ਹ ਜੋ ਕੰਮ ਹੈ ਜੇ ਲੈਣਾ ਮੈਰੋ ਜਿਸ ਲੈਣੀ ਅਸੀਂ ਸਾਨੂੰ ਜੋ ਲੈਣੀ ਨਹੀਂ, ਠੀਕ। ਅਸਾਂ ਇਹ ਚੀਜ਼ਾਂ ਨਾ ਪਹਿਨੇ ਆ, ਠੀਕ ਹੈ। ਅੱਛਾ ਜੋ ਸਾਹਿਬ, ਹੁਣ ਕਿੰਨਾ ਕੁ ਪਿੰਡ ਯਾਦ ਆਉਂਦਾ ਉਹ ਆਪਣਾ? ਬੜੀ ਯਾਦ ਤਾਂ ਬਹੁਤ ਆਉਂਦਾ ਹੈ। ਅੱਛਾ, ਕਦੀ ਮੌਕਾ ਨਹੀਂ ਮਿਲਿਆ? ਤੁਸੀਂ ਮੈਨੂੰ ਇਹ ਦੱਸੋ ਵੀ ਕਦੀ ਕਦੀ ਫਿਰ ਸੁਪਨਿਆਂ 'ਚ ਜਾ ਆਉਂਦੇ ਹੁੰਦੇ? ਸੁਪਨੇ 'ਚ ਅੱਜ ਮੈਂ ਤੁਹਾਨੂੰ ਦੱਸਿਆ ਅੱਜ ਮੈਂ ਆਇਆ, ਉਹ ਅੱਜ ਆਏ ਰੱਬਾ ਅੱਜ ਮੈਂ ਆਇਆ ਸੁਪਨੇ ਜੈ ਤਲਾ ਛਾਂ ਤਲਾ 'ਚ ਨਾ ਕੇ ਵੀ ਆਇਆ, ਹਾਏ ਹਾਏ ਉੱਥੇ ਦੇਰੀ ਵੀ ਹੋਇਆ ਅਤੇ ਬਦਾਮ ਸਾਲਾਂ ਮੈਂ ਫਿਰ ਗਿਆ ਅਤੇ ਬਸ। ਅਸੀਂ ਨਾ ਇਹ ਗੱਲਬਾਤ ਕੀਤੀ ਜੋਹਰ ਸਾਹਿਬ ਨਾਲ, ਜਿਹੜੀ ਗੱਲ ਮੈਂ ਸ਼ੁਰੂ 'ਚ ਕਹੀ ਸੀ ਕਿ ਇਹਨਾਂ ਦੇ ਪੈਰ ਇੱਥੇ ਨੇ ਤਲਵਾੜੇ 'ਚ, ਦੇਹ ਇੱਥੇ ਆ, ਦਿਲ ਦਿਲ ਰੂਹ ਜਿਹੜੇ ਮੇਰਾ ਪੜ੍ਹੀ ਹੈ ਪੜ੍ਹੀ ਆ, ਅਤੇ ਪੜ੍ਹੀ ਦੇ ਇੱਕ ਇਹਨਾਂ ਦੇ ਦੋਸਤ ਸੀ, ਕੀ ਨਾਮ ਦੱਸਿਆ ਸੀ? ਅਕਬਰ ਅਲੀ। ਉਹਨਾਂ ਦੀਆਂ ਖੱਡੀਆਂ ਸੀਗੀਆਂ ਅਤੇ ਗੁਰਦੁਆਰਾ ਜਾਓ ਰਸਤੇ ਵਿੱਚ ਉਹਨਾਂ ਘਰ ਆ ਜੀ। ਕਿੱਥੇ ਜੀ? ਗੁਰਦੁਆਰੇ ਜਾਓ ਨਾ, ਪੜ੍ਹੀ ਸਾਡੇ ਪਿੰਡ ਗੁਰਦੁਆਰਾ, ਹਾਂਜੀ ਉਹਦੇ ਬਿਲਕੁਲ ਰਸਤੇ ਵਿੱਚ ਖੱਬੇ ਆਤਾ। ਹਾਂ, ਗੁਰਦੁਆਰੇ ਦੇ ਰਾਹ 'ਚ। ਚਲੋ ਗੁਰਦੁਆਰਾ ਤਾਂ ਨਹੀਂ ਹੋਊਗਾ, ਨਹੀਂ ਹੁਣ ਤਾਂ ਕਾਲਜ ਆ ਹੀ ਬਣਿਆ, ਕਮਰਸ ਕਾਲਜ। ਕਮਰਸ ਕਾਲਜ ਆ, ਬਸ ਕਮਰਸ ਕਾਲਜ ਦੇ ਰਾਹ 'ਚ ਉਹਨਾਂ ਦਾ ਘਰ ਸੀ। ਤੁਹਾਡੇ ਹਾਣ ਦੇ ਸੀ? ਹਾਂ, ਮੇਰੇ ਹੱਥ ਕਰੇ ਕੋਈ ਜੀ 88 ਸਾਲ ਦੇ ਹੋਣੇ ਆ ਹੋਣੇ। ਚਲੋ ਜੇ ਕਿਸੇ ਨੂੰ ਕੋਈ ਉਹਨਾਂ ਦੀ ਖਬਰ ਹੋਵੇ ਜਾਂ ਕੋਈ ਹੋਰ ਇਹਨਾਂ ਨੂੰ ਜਾਣਦਾ ਹੋਵੇ, ਬੁੱਧ ਸਿੰਘ ਜੌਹਰ ਹੋਣਾ ਨੂੰ ਜਾਂ ਗੁਰਚਰਨ ਸਿੰਘ ਜੌਹਰ ਹੋਣਾ ਨੂੰ, ਜਿਹੜਾ ਵੀ ਜਾਣ ਮੇਰੇ ਨਾਲ ਪੜ੍ਹਦੇ ਰਹੇ, ਜੇ ਗਵਰਨਮੈਂਟ ਸਕੂਲ 'ਚ ਪੜ੍ਹਦਾ ਰਿਹਾ। ਚਲੋ ਚਲੋ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੌਹਰ ਸਾਹਿਬ, ਧੰਨਵਾਦ।